ਸ਼ੰਤੀਸ਼੍ਰੀ ਕਾਲਜੀ ਮੈਂ ਪ੍ਰਵੀਨ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਜੌਬ ਗਰੂਪ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਦੀ ਜਿਹੜੀ ਲਿਸਟ ਆਈਆਂ ਨੇ ਜੀ ਸਵੇਰੇ ਵੀ ਆਈਆਂ ਨੇ ਉਹਦੇ ਵਿੱਚ ਕਈ ਬੱਚਿਆਂ ਨੇ ਮੈਨੂੰ ਮੈਸੇਜ ਕਰਿਆ ਜੀ ਕਮੈਂਟ ਕਰਿਆ ਤੁਹਾਨੂੰ ਕਮੈਂਟ ਵੀ ਦਿਖਾਵਾਂਗੇ ਉਸ ਤੋਂ ਬਾਅਦ ਵੀ ਕਈ ਬੱਚਿਆਂ ਦੇ ਜਿਹੜੇ ਨਾਮ ਨੇ ਵੀ ਜਿਵੇਂ ਹੈਗੀ ਤਾਂ ਕੈਟਾਗਰੀ ਉਹਦੀ ਐਸਸੀ ਤੇ ਬੀਸੀ ਹੈ ਪਰ ਉਹਨਾਂ ਦੇ ਨਾਮ ਕਿਹੜੀ ਦੇ ਆ ਰਹੇ ਜਰਨਲ ਕੈਟਾਗਰੀ ਦੇ ਵਿੱਚ ਆ ਰਹੇ ਨੇ ਮਤਲਬ ਇਹ ਕੀ ਹਿਸਾਬ ਕਿਤਾਬ ਇਹ ਚੱਲ ਕੀ ਰਿਹਾ ਹੈ ਇੱਕ ਸੈਕਿੰਡ ਤੇ ਆਇਆ ਜੀ ਕਿ 35 ਨੰਬਰਾਂ ਵਾਲੇ ਦਾ ਵੀ ਲਿਸਟ ਦੇ ਵਿੱਚ ਨਾਮ ਆ ਰਿਹਾ ਹੈ। ਮਤਲਬ ਇਹ ਸਾਡੀ ਕੱਟ-ਆਫ ਵੀ ਆਪਾਂ ਦੇਖੀ ਹੈ ਮਤਲਬ ਕੀ ਉੱਪਰ ਹੈ। ਠੀਕ ਹੈ ਜੀ। ਤੁਹਾਨੂੰ ਉਹ ਵੀ ਦਿਖਾਵਾਂ ਵੀ ਕਿਵੇਂ ਨਾਮ ਆ ਰਿਹਾ ਹੈ। ਬਈ ਇਹ ਪੰਜਾਬ ਪੁਲਿਸ ਦੀ ਗਲਤੀ ਹੈ ਕਿ ਕੋਈ ਸਪਾਰਸ ਲੱਗ ਰਹੀ ਹੈ ਇਹ। ਤੁਹਾਨੂੰ ਦਿਖਾਨਣਾ ਜੀ ਪਹਿਲਾਂ ਕਮੈਂਟ ਆਏ ਹੋਏ। ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਹਿਣ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ। ਆ ਤੁਸੀਂ ਦੇਖ ਸਕਦੇ ਹੋ ਜੀ ਆ ਬੱਚਿਆਂ ਨੇ ਕੁਐਸਚਨ ਪੁੱਛਿਆ ਕਹਿੰਦੇ ਮੇਰੇ ਜਿਹੜੀ ਐਸਸੀ ਕਾਸਟ ਹੈ ਤੁਸੀਂ ਦੇਖ ਸਕਦੇ ਹੋ ਪਰ ਜਿਹੜਾ ਲਿਸਟ ਹੈ ਉਹ ਜਰਨਲ ਦੇ ਵਿੱਚ ਸ਼ੋ ਹੋ ਰਿਹਾ ਹੈ ਵੀ ਇਹ ਸਰਕਾਰ ਕਰ ਕੀ ਰਹੀ ਹੈ ਦੇਖੋ ਪੰਜਾਬ ਪੁਲਿਸ ਵੱਲੋਂ ਦੇਖੋ ਇੱਕ ਹਿਸਾਬ ਕਿਤਾਬ ਹੋ ਸਕਦਾ ਹੈ ਵੀ ਕਈ ਬੱਚਿਆਂ ਦੇ ਜਿਹੜੇ ਨੰਬਰ ਵੱਧ ਹੁੰਦੇ ਨੇ ਠੀਕ ਹੈ ਜੀ ਮਤਲਬ ਹਾਈ ਹੁੰਦੇ ਨੇ ਉਹਨਾਂ ਦਾ ਨਾਮ ਆ ਸਕਦਾ ਹੈ ਜਰਨਲ ਦੇ ਵਿੱਚ ਵੀ ਇਹ ਦੇਖੋ ਇਹ ਤਾਂ ਜਾਂ ਤਾਂ ਹਲੇ ਡਿਪਾਰਟਮੈਂਟ ਨੂੰ ਇਹ ਪਤਾ ਹੀ ਵੀ ਕੀ ਕਰ ਰਹੇ ਨੇ ਤੇ ਬਾਕੀ ਕਈ ਬੱਚੇ ਕਹਿ ਰਹੇ ਨੇ ਕਿਸੇ ਦਾ ਜਰਨਲ ਚ ਮਤਲਬ ਨਾਮ ਆਇਆ ਤੇ ਫਿਜ਼ੀਕਲ ਦੇ ਵਿੱਚ ਪਰ ਉੱਥੇ ਫਿਜ਼ੀਕਲ ਦੇ ਵਿੱਚ ਸ਼ੋਅ ਹੀ ਨਹੀਂ ਕਰ ਰਿਹਾ ਠੀਕ ਹੈ ਜੀ ਜਿਹੜੀ ਅੱਜ ਲਿਸਟ ਆਈ ਹੈ ਚਲੋ ਇੱਕ ਹੋਰ ਤੁਹਾਨੂੰ ਦਿਖਾਉਂਦੇ ਆ ਇੱਕ ਤੁਸੀਂ ਆਹ ਦੇਖ ਸਕਦੇ ਹੋ ਐਕਸ ਸਰਵਿਸਮੈਨ ਜਰਨਲ ਦੀ ਲਿਸਟ ਹੈ ਜੀ ਵੀ 35 ਨੰਬਰ ਕਹਿ ਰਹੇ ਨੇ ਇਹ 35 ਨੰਬਰ ਵਾਲੇ ਬੱਚੇ ਦਾ ਮਤਲਬ ਕੀ ਸਿਲੈਕਸ਼ਨ ਹੋ ਰਹੀ ਹੈ ਤੁਹਾਨੂੰ ਦਿਖਾ ਦਿੰਦੇ ਆ ਜੀ ਵੀ ਕਈਆਂ ਨੇ ਕੀ ਕਿਹਾ ਜੀ ਤੁਸੀਂ ਦੇਖ ਸਕਦੇ ਹੋ ਕਹਿੰਦੇ ਵੀ ਜਿਹੜਾ ਫਰੀडम फाइਟਰ ਆ ਤੁਸੀਂ ਦੇਖ ਸਕਦੇ ਹੋ ਓਪਨ ਲਿਸਟ ਦੇ ਵਿੱਚ 35 ਨੰਬਰ ਤੇ ਕੈਂਡੀਡੇਟ ਸੁਖਪ੍ਰੀਤ ਸਿੰਘ ਹੈ ਜੀ ਕਹਿੰਦੇ ਤੁਸੀਂ 40 ਨੰਬਰ ਨੇ ਪਰ ਜਿਹੜੀ ਮੈਟ ਆ ਉਹ 46 ਤੇ ਗਈ ਹੈ ਵੀ ਇਹ ਕੀ ਚੱਕਰ ਹੋ ਕੀ ਰ ਹੈ ਵੀ ਇਹ ਸਾਰਾ ਡਿਪਾਰਟਮੈਂਟ ਨੂੰ ਪਤਾ ਹੈ ਜੀ ਬਾਕੀ ਤੁਹਾਨੂੰ ਦਿਖਾ ਵੀ ਦਿੰਨੇ ਆ ਕਿਉਂਕਿ ਇਹ ਕੁਪਤਾ ਸਾਡੇ ਪਹਿਲਾਂ ਜਾਂਚ ਕਰੀਏ ਫਿਰ ਉਸ ਤੋਂ ਬਾਅਦ ਵੀਡੀਓ ਬਣਾ ਰਹੇ ਹਾਂ ਜੀ ਹਾਂ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਜਿਹੜੀ ਲਿਸਟ ਹੈ ਜੀ ਤੁਸੀਂ ਆਹ ਦੇਖ ਸਕਦੇ ਹੋ ਦੇ ਵਿੱਚ ਸ਼ਾਰਟ ਲਿਸਟਡ ਕੈਂਡੀਡੇਟ ਕਿਹੜੇ ਨੇ ਜੀ ਇਹ ਅਨਿਚੇਦੰ ਦਿਖਾ ਦੰਨੇ ਆ ਵੀ ਜਿਹੜੀ ਐਕਸ ਸਰਵਿਸਮੈਨ ਜਨਰਲ ਦੀ ਕੈਟਾਗਰੀ ਹੈ ਜੀ ਇਹ ਠੀਕ ਹੈ ਜੀ ਤੇ ਤੁਹਾਨੂੰ ਇਹ 35 ਨੰਬਰ ਤੇ ਜੀ ਆ 35 ਨੰਬਰ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ 35 ਨੰਬਰ ਦੇ ਅਮਨਦੀਪ ਸਿੰਘ ਹੈ ਜੀ ਕੁਲਵੰਤ ਸਿੰਘ ਦਾ ਡੇਟ ਆਫ ਬਰਥ ਹੈ ਜੀ ਆ ਤੇ ਇਹਦੇ 38 ਨੰਬਰ ਨੇ ਜੀ ਘਟ ਕੇ 37 ਹੋ ਗਏ ਮਤਲ ਤੁਹਾਨੂੰ ਹੁਣ ਐਕਸ ਸਰਵਿਸਮੈਨ ਜਨਰਲ ਦੀ ਕੱਟਆਫ ਦਿਖਾਉਣਾ ਹੈ ਜੀ ਕਿੰਨੇ ਤੇ ਗਈ ਥੀ ਆ ਤੁਸੀਂ ਦੇਖ ਸਕਦੇ ਹੋ ਜੀ ਐਕਸ ਸਰਵਿਸਮੈਨ ਜਨਰਲ ਦੀ ਜਿਹੜੀ ਕੱਟਆਫ ਹੈ ਜੀ ਉਹ 53 53 ਤੇ ਗਈ ਥੀ ਜੀ ਠੀਕ ਹੈ ਜੀ ਤੇ 32 ਨੰਬਰ ਤੇ ਊਮੈਨ ਦੀ ਗਈ ਧੀ ਪਰ ਇਹ ਮੇਲ ਹੈ ਮੇਲ ਦੀ 53 ਤੇ ਜਾਣੀ ਚਾਹੀਦੀ ਧੀ ਤੇ ਉਹ ਸਿਰਫ ਮਤਲਬ ਕੀ 37 38 ਨੰਬਰ ਵਾਲੇ ਨੂੰ ਸਿਲੈਕਟ ਕਰਿਆ ਹੈ ਮਤਲਬ ਇਹ ਕੀ ਜਾਤਾ ਹੈ ਕੋਈ ਨਾ ਕੋਈ ਗਲਤੀ ਹੈ ਜੀ ਪੰਜਾਬ ਪੁਲਿਸ ਵੱਲੋਂ ਜਾਂ ਕੋਈ ਨਾ ਕੋਈ ਸਪਾਰਸ ਚੱਲੀ ਹੋਈ ਹੈ ਦੇਖੋ ਬਾਕੀ ਤੁਹਾਨੂੰ ਤੁਸੀਂ ਖੁਦ ਸਿਆਣੇ ਹੋ ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਬੱਚਿਆਂ ਨੇ ਕਈ ਕਮੈਂਟ ਕਰੇ ਨੇ ਮੈਨੂੰ ਕਮੈਂਟਾਂ ਦੀ ਪਤਾ ਲੱਗਿਆ ਜੀ ਵੀ ਜਿਹੜੀ ਲਿਸਟ ਚੈੱਕ ਵੀ ਕਰੀ ਹੈ ਵੀ ਉਹਦੇ ਵਿੱਚ ਸਹੀ ਪਾਈ ਗਈ ਹੈ ਲਿਸਟ ਵੀ ਹੁਣ ਤੁਸੀਂ ਆਪਣੀ رائے ਦੋ ਵੀ ਇਹ ਅਸਲ ਤਾਂ ਡਿਪਾਰਟਮੈਂਟ ਨੂੰ ਪਤਾ ਹੈ ਜੀ ਵੀ ਹੈ ਕਿ ਨਾ ਤਾਂ ਗਲਤੀ ਹੋਈ ਹੈ ਜਾਂ ਕੋਈ ਛਿਪਾਰਸੇ ਚੱਲ ਰਹੀ ਹੈ ਕਿਉਂਕਿ ਇੰਨੇ ਨੰਬਰ ਇਹ ਇੱਕ ਦੀ ਨਹੀਂ ਹੈਗੀ ਬਹੁਤ ਨੇ ਜੀ 3 4 ਮੈਂ ਆਪ ਦੇਖੇ ਨੇ ਲਿਸਟ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਘਟ ਨੰਬਰ ਵਾਲੇ ਦੀ ਮਤਲਬ ਨਾਮ ਆਇਆ ਹੋਇਆ ਜੀ ਫਿਜ਼ੀਕਲ ਲਿਸਟ ਦੇ ਵਿੱਚ ਤੁਸੀਂ ਚੈੱਕ ਕਰ ਲੈਣੀ ਹੈ ਠੀਕ ਹੈ ਜੀ ਤੇ ਬਾਕੀ ਸਾਨੂੰ ਕਮੈਂਟ ਜਰੂਰ ਕਰਨਾ ਕਿੰਨਾ ਕਿੰਨਾ ਦੇ ਨਾਮ ਆਏ ਹੋਏ ਨੇ ਜਿਨ੍ਹਾਂ ਦੇ ਘਟ ਨੰਬਰ ਨੇ ਤੇ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਬਤ ਵਤ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਬਹੁਤ ਬਹੁਤ ਧੰ